ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ, ਸਵਾਗਤ ਆ ਤੁਹਾਡਾ ਆਪਣੇ ਯੂਟਿਊਬ ਚੈਨਲ 'ਤੇ। ਆਸ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ। ਅੱਜ ਦੀ ਜੋ ਵੀਡੀਓ ਆ ਤਲਵੰਡੀ ਸਾਬੋ ਟਰੈਕਟਰ ਮੰਡੀ ਦੀ ਆ। ਮੰਡੀ 'ਤੇ ਟਰੈਕਟਰਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਚੁੱਕੀ ਹੈ, ਕਿਉਂਕਿ ਸੀਜ਼ਨ ਕੁੱਲ ਮਿਲਾ ਕੇ ਲੰਘ ਚੁੱਕੇ ਆ। ਤੂੜੀ ਤੰਦ ਸਭ ਕੁਛ ਆਪਣਾ ਸਾਂਭ ਚੁੱਕਿਆ ਕਿਸਾਨ ਭਰਾ। ਸੋ ਜੋ ਵੀ ਟਰੈਕਟਰ ਅੱਜ ਦੇ ਇੱਥੇ ਪਹੁੰਚਿਆ ਅਤੇ ਉਹਨਾਂ ਦੇ ਰੇਟਾਂ 'ਚ ਕੀ ਕਮੀ ਆਈ ਆ, ਕਿਹੜੇ ਕਿਹੜੇ ਮਾਡਲ ਦੀ ਕੀ ਕੀ ਡਿਮਾਂਡ ਆ, ਤੁਹਾਡੇ ਨਾਲ ਕਰਦੇ ਹਾਂ ਸ਼ੇਅਰ। ਪਹਿਲਾ ਟਰੈਕਟਰ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ, ਹਰਿਆਣਾ ਨੰਬਰ ਸੋਨਾਲੀਕਾ 60, ਪਾਵਰ ਸਟੇਅਰ ਨਵੇਂ ਟਾਇਰਾਂ 'ਚ, 14 ਮਾਡਲ ਆ, 4,27,000 ਰੁਪਈਆ ਡਿਮਾਂਡ ਨਾਲ ਕਰਦਾ। ਰੰਗ ਰੋਗ ਨਾਲੋਂ ਬਿਲਕੁਲ ਸਾਫ਼ ਟਰੈਕਟਰ, ਅਤੇ ਟਾਇਰਾਂ ਦੀ ਕੰਡੀਸ਼ਨ ਵੀ ਪੂਰੀ ਸਾਫ਼। ਇਹਦੇ ਨਾਲ ਹਰਿਆਣਾ ਨੰਬਰ ਇੱਕ ਹੋਰ ਆ ਗਿਆ ਜੀ, 750 ਸੋਨਾਲੀਕਾ, ਇਹ 16 ਮਾਡਲ ਆ, 4,65,000 ਰੁਪਈਆ ਡਿਮਾਂਡ ਆਈ। ਇਹ ਵੀ 16 ਦੇ ਟਾਇਰਾਂ 'ਚ ਆਈ, 16 ਦੇ ਟਾਇਰਾਂ 'ਚ ਜੀ 60 ਸੀਗੇ ਜੀ। ਰੰਗ ਰੋਗ ਹੁੰਦਾ ਵੀ ਟਰੈਕਟਰ ਪੂਰਾ ਹੀ ਸਾਫ਼ ਆ, ਤੁਸੀਂ ਚੰਗੀ ਤਰ੍ਹਾਂ ਕੰਡੀਸ਼ਨ ਵੀਡੀਓ 'ਚ ਦੇਖ ਸਕਦੇ। ਉਸਦੇ ਨਾਲ ਵੀ ਸਾਹਮਣੇ ਟਰੈਕਟਰ ਜੋ ਦਿਖਾਈ ਦੇ ਰਿਹਾ ਉਹ 744। ਰੰਗ ਰੋਗਨ ਤੁਸੀਂ ਟਰੈਕਟਰ ਦਾ ਕੈਮਰੇ 'ਚ ਦੇਖ ਸਕਦੇ ਹੋ, ਠੀਕ ਠਾਕ ਆ। ਟਾਇਰਾਂ ਦੀ ਕੰਡੀਸ਼ਨ ਵੀ ਆਪਾਂ 50 ਤੱਕ ਕਹਿ ਸਕਦੇ ਹਾਂ। 2006 ਮਾਡਲ ਆ, 2,75,000 ਰੁਪਈਆ ਡਿਮਾਂਡ ਆ ਮਾਲਕਾਂ ਦੀ। ਰੰਗ ਰੋਗਨ ਤੁਸੀਂ ਕੈਮਰੇ 'ਚ ਚੰਗੀ ਤਰ੍ਹਾਂ ਦੇਖ ਸਕਦੇ ਹੋ। ਉਸ ਤੋਂ ਬਾਅਦ ਆ ਗਿਆ ਯਸ਼ਰ, ਇਹਦੀ ਹਰਿਆਣਾ ਨੰਬਰ ਆਈ, 94 ਮਾਡਲ, ਡਿਮਾਂਡ 1,25, ਟਾਇਰ ਘਾਸੇ ਪਏ ਹੋਏ ਆ, ਰੰਗ ਰੋਗ ਉਹਦੇ ਨਾਲ ਆ ਗਏ। ਪ੍ਰੀਤ 3559, 2007 ਮਾਡਲ, 1,65,000 ਰੁਪਈਆ ਡਿਮਾਂਡ ਆਈ। ਉਸਦੇ ਨਾਲ ਆ ਗਏ ਮੈਸੀ 242, ਰੰਗ ਰੋਗਨ ਦਾ ਟਰੈਕਟਰ ਸਾਫ਼ ਆ, ਟਾਇਰਾਂ ਦਾ ਵੀ ਬਿਲਕੁਲ ਸਾਫ਼ ਆ, ਸੀਟ ਦੇ ਟਾਇਰ ਆ ਬੈਕ ਸਾਈਡ ਦੇ, 13 ਦੇ ਟਾਇਰਾਂ 'ਚ, 3,33,000 ਰੁਪਈਆ ਮਾਲਕ ਦੀ ਡਿਮਾਂਡ ਆ। ਪੰਜਾਬ ਨੰਬਰ ਆ TV03, ਬਠਿੰਡਾ ਦਾ ਇਹ ਟਰੈਕਟਰ ਨੰਬਰ ਹੈ। ਉਸਦੇ ਨਾਲ ਆ ਗਈ 3630 ਨਿਊ ਹੋਲੈਂਡ ਵਾਲਿਆਂ ਦਾ, ਬਿਲਕੁਲ ਸਾਫ਼ ਕੰਡੀਸ਼ਨ ਦਾ ਟਰੈਕਟਰ ਆ, ਇਹ ਸੋਫਰ ਆ। 2011 ਮਾਡਲ ਆ, 385 ਡਿਮਾਂਡ ਆ, ਟਾਇਰ ਬਿਲਕੁਲ ਸਾਫ਼ ਕੰਡੀਸ਼ਨ ਦੇ ਇਹਦੇ, 14 ਦੇ ਟਾਇਰਾਂ 'ਚ, ਗੁਡੀਅਰ ਦੇ ਟਾਇਰ ਆ ਜੀ, ਸਟੇਅਰ ਨੇ ਇਹ ਪਾਵਰ ਨਹੀਂ, 2011 ਦੀ ਪਾਵਰ ਸਟੇਅਰ ਨਹੀਂ ਆ, ਸੋਰੀ ਪਾਵਰ ਸਟੇਅਰ ਨਹੀਂ ਹੈ, 2011 ਦੀ ਡਿਮਾਂਡ 385 ਹੈ। ਉਸਦੇ ਨਾਲ ਆ ਗਿਆ ਜੀ ਸੋਨਾਲੀਕਾ 35, 2007 ਮਾਡਲ, 2,55,000 ਰੁਪਈਆ ਮਾਲਕਾਂ ਦੀ ਡਿਮਾਂਡ ਆ, ਬਿਲਕੁਲ ਨਵੇਂ ਟਾਇਰਾਂ 'ਚ, ਰੰਗ ਰੋਗਨ ਦਾ ਟਰੈਕਟਰ ਪੂਰਾ ਹੀ ਸਾਫ਼, ਪੂਰਾ ਸਾਂਭ ਕੇ ਰੱਖਿਆ ਹੋਇਆ ਟਰੈਕਟਰ, ਤੁਸੀਂ ਚੰਗੀ ਤਰ੍ਹਾਂ ਵੀਡੀਓ ਦੇਖ ਸਕਦੇ ਹੋ। ਉਸਦੇ ਨਾਲ ਆ ਗਿਆ ਜੀ ਪ੍ਰੀਤ, ਇਹ ਵੀ ਹਰਿਆਣਾ ਨੰਬਰ ਹੀ ਆ, ਟੋਟਲੀ ਹਰਿਆਣਾ ਨੰਬਰ ਟਰੈਕਟਰ ਆਉਣਗੇ ਜੀ ਤੁਹਾਡੇ, ਜੇ ਕੋਈ ਪੰਜਾਬ ਹੋਇਆ ਤਾਂ ਤੁਹਾਨੂੰ ਜ਼ਰੂਰ ਬੋਲ ਕੇ ਦੱਸਾਂਗੇ। 2021 ਮਾਡਲ ਆ ਜੀ, ਬਿਲਕੁਲ ਉੱਚਾ ਮਾਡਲ ਆ, 4,95,000 ਰੁਪਈਆ ਡਿਮਾਂਡ ਆ, ਪਾਵਰ ਸਟੇਅਰ ਨਾ, ਗੁਡੀਅਰ ਦੇ ਟਾਇਰਾਂ 'ਚ, 16 ਦੇ ਟਾਇਰਾਂ 'ਚ, ਪ੍ਰੀਤ 6059, ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ, ਮਾਡਲ ਵੀ ਬਹੁਤ ਉੱਚਾ। ਉਹਦੇ ਨਾਲ ਆ ਗਏ ਸਵਰਾਜ 855,
ਵੀ ਹਰਿਆਣਾ ਨੰਬਰ ਜੀ 2013 ਮਾਡਲ, 4,55,000 ਰੁਪਈਆ ਡਿਮਾਂਡ ਆ ਮਾਲਕਾਂ ਨੇ। ਟਾਇਰ ਐਸੇ ਜੀ ਬਿਲਕੁਲ ਸਾਫ਼ ਆ, ਸਟੀਅਰਿੰਗ ਪਾਵਰ ਹੋਇਆ ਜੀ ਟਰੈਕਟਰ, ਅਤੇ ਰੰਗ ਦਾ ਵੀ ਪੂਰਾ ਹੀ ਸਾਫ਼ ਟਰੈਕਟਰ। ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਪੂਰੀ ਸਾਫ਼ ਹੈਗੀ ਹੈ, 90-95 ਪੈਸੇ ਕਹਿ ਸਕਦੇ ਹਾਂ 14 ਦੇ ਟਾਇਰ। ਉਸਦੇ ਨਾਲ ਆ ਗਏ ਸੋਨਾ ਦੀ ਕਾਰ ਟਰੈਕਟਰ, ਤੁਸੀਂ ਵੀਡੀਓ 'ਚ ਦੇਖ ਸਕਦੇ ਹੋ, ਰੰਗ ਰੋਗਨ ਦਾ ਪੂਰਾ ਹੀ ਸਾਫ਼ ਆ। 16 ਦੇ ਟਾਇਰਾਂ 'ਚ ਜੀ ਪਾਵਰ ਸਟੇਅਰਿੰਗ, 2019 ਮਾਡਲ ਆ, 6,65,000 ਰੁਪਈਆ ਡਿਮਾਂਡ ਆ। ਉਸਦੇ ਨਾਲ ਸੋਨਾ ਲਈ ਪੈਸਾ 750 ਆ ਗਿਆ ਜੀ, ਹਰਿਆਣਾ ਨੰਬਰ ਹੈ ਜੀ, 2019 ਮਾਡਲ ਆ, 5,35,000 ਰੁਪਈਆ ਮਾਲਕਾਂ ਦੀ ਡਿਮਾਂਡ ਆ। ਬਿਲਕੁਲ ਇਹ ਵੀ ਫੋਕਾ ਪੀਸ ਸੀ, ਟਾਇਰ ਵੀ ਬਿਲਕੁਲ ਸਾਫ਼ ਸੁਥਰੇ ਕੰਡੀਸ਼ਨ ਦੇ ਪਏ ਆ 16 ਦੇ ਟਾਇਰਾਂ 'ਚ ਜੀ। ਉਸਦੇ ਨਾਲ ਆ ਗਿਆ ਜੀ ਜੌਨ ਡੀਅਰ 2007 ਮਾਡਲ, ਪਾਵਰ ਸਟੇਅਰਿੰਗ 5204, 3,45,000 ਰੁਪਈਆ ਮਾਲਕਾਂ ਦੀ ਡਿਮਾਂਡ, ਰੰਗ ਰੋਗਨ ਦਾ ਟਰੈਕਟਰ, ਇਹ ਵੀ ਪੂਰਾ ਸਾਫ਼ ਹੈ, ਟਾਇਰਾਂ ਦੀ ਕੰਡੀਸ਼ਨ ਵੀ ਸਾਫ਼ ਹੈ ਜੀ। ਇਹ 14 ਦੇ ਟਾਇਰਾਂ 'ਚ ਜੀ ਟਰੈਕਟਰ, ਇਹ ਵੀ ਹਰਿਆਣਾ ਨੰਬਰ ਹੀ ਹੈ ਜੀ। ਉਸਦੇ ਨਾਲ ਆ ਗਿਆ ਜੀ ਫਿਰ ਇੱਕ ਸੋਨਾ ਲੇਖਾ, ਵੀ ਹਰਿਆਣਾ ਨੰਬਰ ਹੀ ਹੈ, 2016 ਮਾਡਲ, 4,45,000 ਰੁਪਈਆ ਮਾਲਕ ਦੀ ਡਿਮਾਂਡ ਆ। ਰੰਗ ਰੋਗ ਨਾਲੋਂ ਬਿਲਕੁਲ ਸਾਫ਼ ਨਹੀਂ ਹੁੰਦਾ ਟਰੈਕਟਰ, ਟਾਇਰਾਂ ਦੀ ਕੰਡੀਸ਼ਨ ਵੀ ਠੀਕ ਠਾਕ ਪਈ ਹੈ ਜੀ। ਬੈਕ ਸਾਈਡ ਦੀ ਗੁੱਡੀ ਆਪਾਂ 55-60 ਪੈਸੇ ਕਹਿ ਸਕਦੇ ਹਾਂ, ਗੁੜੀਅਰ ਦੇ ਟਾਇਰ 16 ਦੇ ਟਾਇਰ। ਔਰ ਮਾਡਲ ਤੁਹਾਨੂੰ ਦੱਸ ਦਿੱਤਾ ਸੀ, 16 ਡਿਮਾਂਡ 4,45। ਉਸਦੇ ਨਾਲ ਆ ਗਿਆ 5,103 ਜੌਨ ਡੀਅਰ, ਰੰਗ ਰੋਗਨ ਠੀਕ ਠਾਕ ਆ, ਟਾਇਰਾਂ ਦੀ ਬੈਕ ਸਾਈਡ ਦਾ ਕੰਡੀਸ਼ਨ 45-50 ਪੈਸੇ ਕਹਿ ਸਕਦੇ ਹਾਂ, 2005 ਮਾਡਲ ਆ, 2,30,000 ਰੁਪਈਆ ਮਾਲਕਾਂ ਨੇ ਡਿਮਾਂਡ ਆ। ਉਹਦੇ ਨਾਲ ਆ ਗਏ ਜੀ 65 EPI ਫਾਰਮ ਟਰੈਕ, 2009 ਮਾਡਲ ਆ, ਪੰਜਾਬ ਨੰਬਰ ਆ, 3,15,000 ਰੁਪਈਆ ਮਾਲਕਾਂ ਦੀ ਡਿਮਾਂਡ ਆ। ਪਾਵਰ ਸਟੇਅਰਿੰਗ ਆ, ਅਤੇ 16 ਦੇ ਟਾਇਰਾਂ 'ਚ ਆ, ਗੁੜੀਅਰ ਦੇ ਟਾਇਰ ਆ, ਟਾਇਰਾਂ ਦੀ ਕੰਡੀਸ਼ਨ JK ਦੇ ਟਾਇਰ ਆ, ਟਾਇਰਾਂ ਦੀ ਕੰਡੀਸ਼ਨ ਵੀ ਪੂਰੀ ਫੁੱਲ ਸਾਫ਼ ਪਈ ਹੈ। ਆਪਾਂ 85 ਪੈਸੇ ਗੁੱਡੀ ਕਹਿ ਸਕਦੇ। ਉਸਦੇ ਨਾਲ ਆ ਗਿਆ ਜੀ 95 ਮਾਡਲ, 1,30,000 ਰੁਪਈਏ ਡਿਮਾਂਡ ਹੈ, ਟਾਇਰ ਖਾਸੇ ਪਏ ਆ, ਰੰਗ ਰੋਗਨ ਵੀ ਤੁਹਾਨੂੰ ਦਿਖਾਈ ਦੇ ਰਿਹਾ। ਉਸਦੇ ਨਾਲ ਆ ਗਿਆ ਸੋਨਾ ਲੀਕਾ 750 PV ਪਾਵਰ ਸਟੇਅਰਿੰਗ ਟਰੈਕਟਰ, ਪੰਜਾਬ ਨੰਬਰ ਆ, ਟਰੈਕਟਰ ਦਾ ਮਾਰਕ ਆ ਜੋ ਹਜੇ ਲੱਗਿਆ ਨਹੀਂ, ਕਿਉਂਕਿ ਮੰਡੀ 'ਤੇ ਹੁਣੇ ਆ ਕੇ ਲੱਗਿਆ ਹੋਇਆ ਟਰੈਕਟਰ। ਉਸਦੇ ਨਾਲ ਆ ਗਿਆ ਸਵਰਾਜ 855, 5 ਮਾਡਲ, 2,60,000 ਰੁਪਈਏ ਡਿਮਾਂਡ ਹੈ, ਰੰਗ ਰੋਗਨ ਤੁਸੀਂ ਦੇਖ ਸਕਦੇ ਹੋ, ਜੋ ਵੀ ਤੁਹਾਨੂੰ ਦਿਖਾਈ ਦੇ ਰਿਹਾ, ਅਤੇ ਟਾਇਰਾਂ ਦੀ ਕੰਡੀਸ਼ਨ ਵੀ ਠੀਕ ਠਾਕ ਹੈ ਜੀ। ਉਹਦੇ ਨਾਲ ਆ ਗਿਆ 36 PV 7 ਮਾਡਲ, 3,85,000 ਰੁਪਈਆ ਡਿਮਾਂਡ ਹੈ ਜੀ, ਟਾਇਰ ਨਵੇਂ ਹੈ ਜੀ, ਪਾਵਰ ਸਟੇਅਰਿੰਗ, ਰੰਗ ਰੋਗਨ ਤੁਸੀਂ ਦੇਖ ਸਕਦੇ ਹੋ, ਜੋ ਵੀ ਤੁਹਾਨੂੰ ਦਿਖਾਈ ਦੇ ਰਿਹਾ। ਉਹਦੇ ਨਾਲ ਆ ਗਿਆ ਐਸ਼ਰ, ਟਾਇਰਾਂ ਦੀ ਕੰਡੀਸ਼ਨ ਸਾਫ਼ ਆ, ਮਾਡਲ ਆ 90-95,000 ਰੁਪਈਆ ਡਿਮਾਂਡ ਆ, ਰੰਗ ਰੋਗਨ ਤੁਸੀਂ ਦੇਖ ਸਕਦੇ ਹੋ। ਉਸਦੇ ਨਾਲ ਆ ਗਿਆ ਜੀ 52 10 ਜੌਨ ਡੀਅਰ,
2021 ਮਾਡਲ ਹੈ ਜੀ। 7,45,000 ਰੁਪਈਆ ਡਿਮਾਂਡ ਹੈ। ਮਾਨਸਾ ਦਾ ਨੰਬਰ ਹੈ PG30। ਪਾਵਰ ਸਟੇਅਰ ਨਾ ਬਿਲਕੁਲ ਨਵੇਂ ਟਾਇਰਾਂ 'ਤੇ, 16 ਦੇ ਟਾਇਰ। ਇਸਦੇ ਨਾਲ ਆ ਗਿਆ ਜੀ 3600 ਨਿਊ ਹੋਲੈਂਡ। ਇਹ 3 ਸਪੀਡ ਟੋਪ ਮਾਡਲ ਆ, 2017 ਮਾਡਲ ਆ। 5,25,000 ਰੁਪਈਆ ਮਾਲਕ ਦੀ ਡਿਮਾਂਡ ਹੈ। ਰੰਗ ਰੋਗਨ ਦਾ ਵੀ ਟਰੈਕਟਰ ਸਾਫ਼ ਹੈ ਅਤੇ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਪਈ ਹੈ। MRF ਦੇ ਟਾਇਰ ਆ, ਬਿਲਕੁਲ ਸਾਫ਼ ਕੰਡੀਸ਼ਨ ਦੇ। ਉਸਦੇ ਨਾਲ ਆ ਗਿਆ ਜੀ ਮਹਿੰਦਰਾ 2004 ਮਾਡਲ, 1,65,000 ਰੁਪਈਆ ਡਿਮਾਂਡ ਹੈ ਜੀ। ਅਤੇ ਟਾਇਰ ਪਿਓ ਇਸਦੇ ਖਾਸੇ ਪਏ ਹੋਏ ਜੀ, ਰੰਗ ਰੋਗਨ ਦਾ ਸਾਫ਼ ਹੈ। ਉਸਦੇ ਨਾਲ ਆ ਗਿਆ ਮੈਸੀ 10-35 ਪੁਰਾਣਾ ਮੋਡਲ ਜੀ, ਟਾਇਰ ਖਾਸੇ ਪਏ ਆ, ਰੰਗ ਰੋਗਨ ਵੀ ਤੁਸੀਂ ਦੇਖ ਸਕਦੇ ਹੋ ਖਿੜੀ ਵਿੱਚ, ਬਿਲਕੁਲ ਸ਼ੇਡ ਹੋਇਆ ਇਸਦਾ। 98 ਮਾਡਲ ਆ, ਹਰਿਆਣਾ ਨੰਬਰ ਹੈ, 1,50,000 ਰੁਪਈਆ ਡਿਮਾਂਡ। ਉਸਦੇ ਨਾਲ ਆ ਗਿਆ ਜੀ 2018 ਮਾਡਲ, 4,85,000 ਰੁਪਈਆ ਡਿਮਾਂਡ ਆ। ਪਾਵਰ ਸਟੇਅਰਿੰਗ ਟਰੈਕਟਰ ਆ ਜੀ, ਟਾਇਰ ਠੀਕ ਠਾਕ ਜੇ ਪਏ, ਪਿਛਲੇ ਜੋ ਜੋੜੀ ਆ 50 ਕੁ ਪੈਸੇ ਕਹਿ ਸਕਦੇ ਹਾਂ। ਉਸਦੇ ਨਾਲ ਆ ਗਿਆ 9500 ਮੈਸੀ 2017 ਮਾਡਲ ਆ ਜੀ, ਬਿਲਕੁਲ ਨਵੇਂ ਟਾਇਰਾਂ 'ਚ, ਰੰਗ ਰੋਗਨ ਦਾ ਵੀ ਪੂਰਾ ਟਰੈਕਟਰ ਸਾਫ਼ ਆ। 4,75,000 ਰੁਪਈਆ ਮਾਲਕਾਂ ਦੀ ਡਿਮਾਂਡ ਆ। 16 ਦੇ ਟਾਇਰਾਂ 'ਚ ਟਰੈਕਟਰ ਆ ਜੀ, ਬੈਕ ਸਾਈਡ ਦੇ ਟਾਇਰਾਂ ਦੀ ਜੋੜੀ ਜੋ 16 ਦੀ। ਉਸਦੇ ਨਾਲ ਆ ਗਿਆ ਜੀ ਅਰਜਨ ਨੋਵੋ 2016 ਮਾਡਲ ਆ, 5,80,000 ਰੁਪਈਆ ਮਾਲਕਾਂ ਦੀ ਡਿਮਾਂਡ ਆ। ਬੈਕ ਸਾਈਡ ਦੇ ਟਾਇਰ ਆਪਾਂ 40 ਪੈਸੇ ਕਹਿ ਸਕਦੇ ਹਾਂ ਗੁੱਡੀ। ਇਹ ਰੰਗ ਰੋਗਨ ਦਾ ਟਰੈਕਟਰ ਪੂਰੇ ਹਿਸਾਬ 'ਤੇ, ਪਾਵਰ ਸਟੇਅਰ ਨੇ। ਉਸਦੇ ਨਾਲ ਆ ਗਿਆ ਜੀ ਸੋਨਾਲੀ 61 13 ਮਾਡਲ ਆ ਗਏ, 4,45 ਮਾਲਕਾਂ ਦੀ ਡਿਮਾਂਡ ਹੈ। ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਚੱਲੀ ਹੈ। ਉਸਦੇ ਨਾਲ ਆ ਗਈ 36+ 21 ਮਾਡਲ ਆ, 7,95,000 ਰੁਪਈਆ ਡਿਮਾਂਡ ਆ, ਬਿਲਕੁਲ ਨਵੇਂ ਟਾਇਰਾਂ 'ਚ ਜੀ। ਸਾਫ਼ ਕੰਡੀਸ਼ਨ ਦਾ ਟਰੈਕਟਰ ਆ ਪੂਰਾ। ਓਕੇ, ਮਾਡਲ 21 ਹੈ ਜੀ। ਉਹਦੇ ਨਾਲ ਆ ਗਿਆ ਜੀ ਸਵਰਾਜ 855, ਇਹਦਾ ਹਜੇ ਮਾਕਾ ਲੱਗਿਆ ਨਹੀਂ। ਉਹਦੇ ਨਾਲ ਆ ਗਿਆ ਫਾਰਮ ਚੈਂਪੀਅਨ 2013 ਮਾਡਲ, 2,93,000 ਰੁਪਈਆ ਡਿਮਾਂਡ। 13 ਦੇ ਟਾਇਰਾਂ 'ਚ, ਬਿਲਕੁਲ ਨਵੇਂ ਟਾਇਰਾਂ, ਰਾਜਸਥਾਨ ਨੰਬਰ ਹੈ ਜੀ। ਸੋ ਵੀਡੀਓ ਵੇਖਣ ਲਈ ਧੰਨਵਾਦ।